ਜਦੋਂ ਬਾਦਸ਼ਾਹ ਫੁਰਕਸ਼ਰ ਨੇ ਬਾਬਾ ਬੰਦਾ ਸਿੰਘ ਬਹਾਦਰ ਤੇ ਨਾਲ ਦੇ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਬਾਦਸ਼ਾਹ ਫੁਰਕਸ਼ਰ ਦੀ ਬੇਗਮ ਨੇ ਇਹ ਇੱਛਾ ਜ਼ਾਹਰ ਕੀਤੀ ਕਿ ਮੈਂ ਦੇਖਣਾ ਚਾਹੁੰਦੀ ਹਾਂ ਕਿ ਉਹ ਕੌਣ ਲੋਕ ਨੇ ਜਿਨ੍ਹਾਂ ਨੇ ਸਰਹੰਦ ਦੀ ਇੱਟ ਨਾਲ ਇੱਟ ਵਜਾ ਦਿੱਤੀ ਹੈ। ਜਦੋਂ ਬੇੜੀਆਂ ਦੇ ਵਿੱਚ ਬੰਨੇ ਹੋਏ ਸਿੰਘਾਂ ਨੂੰ ਬਾਦਸ਼ਾਹ ਫੁਰਕਸ਼ਰ ਤੇ ਬੇਗਮ ਦੇ ਸਾਹਮਣੇ ਲੈ ਕੇ ਆਉਂਦਾ ਗਿਆ ਤਾਂ ਫੁਰਕਸ਼ਰ ਨੇ ਟੀਚਰ ਕਰਦਿਆਂ ਕਿਹਾ ਕਿ ਮੈਂ ਸੁਣਿਆ ਤੁਹਾਡੇ ਵਿੱਚ ਇੱਕ ਬਾਜ ਹੈ ਜਿਹੜਾ ਕਿ ਬਾਜ ਜਿੰਨੀ ਫੁਰਤੀ ਰੱਖਦਾ ਹੈ, ਲਿਆਓ ਖਾਂ ਦੇਖੀਏ ਉਹਦੀ ਦਲੇਰੀ। ਹੁਣ ਬਾਬੇ ਬਾਜ ਸਿੰਘ ਨੇ ਸਿਰ ਉੱਤੇ ਚੱਕਿਆ ਤੇ ਕਿਹਾ ਕਿ ਬਾਦਸ਼ਾਹ ਅਸੀਂ 8 ਮਹੀਨਿਆਂ ਤੋਂ ਤੇਰੀ ਕੈਦ ਦੇ ਵਿੱਚ ਹਾਂ, ਬੇੜੀਆਂ 'ਚ ਬੰਨੇ ਹੋਏ ਹਾਂ, ਸਿਰਫ ਅੱਧੇ ਗਲਾਸ ਪਾਣੀ ਤੇ ਗੁਜ਼ਾਰਾ ਕਰਦੇ ਹਾਂ, ਫਿਰ ਵੀ ਜੇ ਤੂੰ ਖਾਲਸੇ ਦੀ ਤਾਕਤ ਦੇਖਣਾ ਚਾਹੁੰਦਾ ਹੈ ਤਾਂ ਮੇਰੇ ਪੈਰ ਦੀ ਬੇੜੀ ਜਾਂ ਮੇਰੇ ਹੱਥ ਦੀ ਹੱਥਕੜੀ ਖੋਲ੍ਹ ਕੇ ਦੇਖ ਲੈ। ਹੁਣ ਜਿਉਂ ਹੀ ਸਿਪਾਹੀ ਹੱਥਕੜੀ ਖੋਲ੍ਹਣ ਲਈ ਅੱਗੇ ਵਧਿਆ ਤਾਂ ਬਾਬਾ ਜੀ ਨੇ ਉਹਦੀ ਮਿਆਨ ਦੇ ਵਿੱਚੋਂ ਤਲਵਾਰ ਖਿੱਚੀ ਤੇ ਉਹਦਾ ਸਿਰ ਧੜ ਨੂੰ ਅਲੱਗ ਕਰ ਦਿੱਤਾ ਤੇ 25,000 ਦੇ ਘੇਰੇ ਦੇ ਵਿੱਚੋਂ 13 ਹੋਰ ਸਿਪਾਹੀਆਂ ਨੂੰ ਪਾਰ ਬੁਲਾ ਦਿੱਤਾ। ਇਹ ਸਾਰਾ ਨਜ਼ਾਰਾ ਵੇਖ ਕੇ ਬਾਦਸ਼ਾਹ ਫੁਰਕਸ਼ਰ ਭੱਜ ਕੇ ਅੰਦਰ ਵੜ ਗਿਆ ਤੇ ਉਹਦੀ ਬੇਗਮ ਜਿਹੜੀ ਸਿੰਘਾਂ ਦਾ ਜ਼ੋਰ ਵੇਖਣ ਆਈ ਸੀ ਉਹ ਵੀ ਨਾਲ ਦੀ ਨਾਲ ਬੇਹੋਸ਼ ਹੋ ਕੇ ਡਿੱਗ ਪਈ। ਸੋ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਇਦਾਂ ਦੀ ਹੋਰ ਜਾਣਕਾਰੀ ਦੇ ਲਈ ਸਾਡਾ ਚੈਨਲ ਸਰਦਾਰ ਪ੍ਰੋ ਸਬਸਕ੍ਰਾਈਬ ਕਰ ਲਵੋ।